ਰੇਡੀਓ ਜਨਪਰਦੇਸ਼ੀ ਤੇ ਦੇਸ਼ ਦੁਨੀਆ ਦੀਆਂ ਖਬਰਾਂ ਦੇ ਨਾਲ ਗਗਨਦੀਪ ਇੱਕ ਵਾਰ ਫਿਰ ਤੋਂ ਹਾਜ਼ਰ ਹੈ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਨਿਊਜ਼ੀਲੈਂਡ ਦੇ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਕੇਸ ਭਾਰਤ ਦੇ ਨਾਲ ਸੰਬੰਧਿਤ ਹੋਣ ਦੀ ਹੋਈ ਪੁਸ਼ਟੀ ਨਫਤਾਲੀ ਬੈਨਟ ਬਣੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਪੁਰਵਕ ਦੇ ਵਿੱਚ ਇਹੀ ਰਹਿਣਗੀਆਂ ਚੁਣੌਤੀਆਂ ਯੂਪੀ 'ਚ ਹੁਣ ਦੁਕਾਨ ਮਕਾਨ ਜਾਂ ਫਿਰ ਜ਼ਮੀਨ ਖਰੀਦਣ ਤੋਂ ਪਹਿਲਾਂ ਡੀਐਮ ਨੂੰ ਅਰਜ਼ੀ ਦੇਣੀ ਹੋਈ ਜ਼ਰੂਰੀ ਗੁਜਰਾਤ ਦੇ ਵਿੱਚ ਪਹੁੰਚੇ ਅਰਵਿੰਦ ਕੇਜੀਵਲ ਨੇ ਕੀਤਾ ਐਲਾਨ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਰੀਆਂ ਸੀਟਾਂ ਤੇ ਲੜੇਗੀ ਆਪ ਮੀਂਹ ਦੇ ਨਾਲ ਹਵਾ ਹੋਈ ਸਾਫ਼ AQI ਫਿਰ ਤੋਂ ਤਸੱਲੀ ਬਖਸ਼ ਪੱਧਰ ਤੱਕ ਪਹੁੰਚਿਆ ਐਸਆਈਟੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਪ੍ਰਕਾਸ਼ ਸਿੰਘ ਬਾਦਲ ਹੁਣ ਖਬਰਾਂ ਵਿਸਥਾਰ ਨਾਲ ਨਿਊਜ਼ੀਲੈਂਡ ਨਾਲ ਸੰਬੰਧਿਤ ਵੈਲਿੰਗਟਨ ਤੋਂ ਇਹ ਖਬਰ ਦੇ ਅਨੁਸਾਰ ਨਿਊਜ਼ੀਲੈਂਡ ਦੇ ਵਿੱਚ ਸੋਮਵਾਰ ਨੂੰ ਪ੍ਰਬੰਧਿਤ ਆਈਸੋਲੇਸ਼ਨ ਦੇ ਵਿੱਚ ਕੋਵਿਡ-19 ਦਾ ਇੱਕ ਨਵਾਂ ਕੇਸ ਸਾਹਮਣੇ ਆਇਆ ਹੈ ਜਦੋਂ ਕਿ ਸੋਮਵਾਰ ਨੂੰ ਕਮਿਊਨਿਟੀ ਦੇ ਵਿੱਚ ਕੋਈ ਵੀ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ ਸਿਹਤ ਮੰਤਰਾਲੇ ਦੇ ਅਨੁਸਾਰ ਨਵਾਂ ਆਇਆ ਕੇਸ ਭਾਰਤ ਤੋਂ ਆਇਆ ਹੈ ਤੇ ਆਕਲੈਂਡ ਦੇ ਵਿੱਚ ਪ੍ਰਬੰਧਿਤ ਆਈਸੋਲੇਸ਼ਨ ਅਤੇ ਇਕਾਂਤਵਸਦੀ ਸਹੂਲਤਾਂ ਦੇ ਵਿੱਚ ਰਹਿ ਰਿਹਾ ਹੈ ਮੰਤਰਾਲੇ ਦੇ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਸਰਹੱਦ ਤੇ ਪਾਏ ਗਏ ਮਾਮਲਿਆਂ ਦੀ 7 ਦਿਨਾਂ ਦੀ ਰੋਲਿੰਗ ਔਸਤਨ ਤਿੰਨ ਹੈ ਪਹਿਲਾਂ ਦੱਸਿਆ ਗਿਆ ਸੀ ਕਿ ਇਹ ਮਾਮਲਾ ਹੁਣ ਇਸ ਤਾਇਆ ਤੇ ਪੁਸ਼ਟੀ ਕੀਤੇਗੇ ਕੇਸਾਂ ਦੀ ਕੁੱਲ ਗਿਣਤੀ 2353 ਹੈ ਇਜ਼ਰਾਈਲ ਨਾਲ ਸੰਬੰਧਿਤ ਹੈ ਇਸ ਖਬਰ ਦੇ ਅਨੁਸਾਰ ਇਜ਼ਰਾਈਲ ਦੇ ਨਵੇਂ ਪ੍ਰਧਾਨ ਮੰਤਰੀ ਦੇ ਤੌਰ ਤੇ ਐਤਵਾਰ ਨੂੰ ਨਫਤਾਲੀ ਬੈਨੇਟ ਨੇ ਸੌ ਚੁੱਕੀ ਹੈ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂਦ ਦੇ ਬਹੁਤ ਨਜ਼ਦੀਕ ਹੀ ਰਹੇ ਬੈਨੇਟ ਨੇ ਉਹਨਾਂ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਦਿਆਂ ਇਹ ਮੁਕਾਮ ਹਾਸਲ ਕੀਤਾ ਹੈ ਬੈਨੇਟ ਇੱਕ ਧਰਮ ਯਹੂਦੀ ਨੇ ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਧਰਮ ਨਿਰਪੱਖ ਹਾਈ ਟੈਕ ਸੈਕਟਰ ਦੇ ਵਿੱਚ ਲੱਖਾਂ ਦੀ ਕਮਾਈ ਕੀਤੀ ਹੈ ਮੁੜ ਸੇਵਾ ਅੰਦੋਲਨ ਦੇ ਮੋਰੀ ਰਹੇ ਬੈਨੇਟ ਤੇਲ ਅਵੀਵ ਉਪਨਗਰ ਦੇ ਵਿੱਚ ਰਹਿੰਦੇ ਨੇ ਨੇਤਾਨਯਾਹੂ ਦੇ 12 ਸਾਲ ਦੇ ਸ਼ਾਸਨ ਨੂੰ ਖਤਮ ਕਰਨ ਦੇ ਲਈ ਬੈਨੇਟ ਨੇ ਕੇਂਦਰੀ ਅਤੇ ਖੱਬ ਉਹਨਾਂ ਦੀ ਕੱਟੜ ਰਾਸ਼ਟਰਵਾਦੀ ਯਾਮੀਨਾ ਪਾਰਟੀ ਨੇ ਮਾਰਚ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ 120 ਮੈਂਬਰੀ ਨੇਸਿਟ ਦੇ ਵਿੱਚ ਸਿਰਫ 7 ਸੀਟਾਂ ਜਿੱਤੀਆਂ ਸਨ ਪਰ ਉਹਨਾਂ ਨੇ ਨਿਤਾਨੀਆਹੁ ਯਾ ਫਿਰ ਉਹਨਾਂ ਦੇ ਵਿਰੋਧੀਆਂ ਦੇ ਸਾਹਮਣੇ ਗੋਡੇ ਨਹੀਂ ਟੇਕੇ ਅਤੇ ਉਹ ਕਿੰਗ ਮੇਕਰ ਦੇ ਵਜੋਂ ਉੱਭਰੇ ਆਪਣੀ ਧਾਰਮਿਕ ਰਾਸ਼ਟਰਵਾਦੀ ਪਾਰਟੀ ਦੇ ਇੱਕ ਮੈਂਬਰ ਦੇ ਪਾਰਟੀ ਛੱਡਣ ਦੇ ਬਾਅਦ ਵੀ ਉਹ ਸੱਤਾ ਦਾ ਤਾਜ ਉਹਨਾਂ ਦੇ ਸਿਰ ਤੇ ਹੈ ਬੈਨੇਟ ਲੰਬੇ ਸਮੇਂ ਤੋਂ ਨੇਤਾਨੀ ਯਹੂਦਾ ਸੱਜਾ ਹੱਥ ਰਹਿਨੇ ਪਰ ਉਹ ਉਹਨਾਂ ਦੇ ਗੱਠ ਜੋੜ ਦੇ ਤਰੀਕਿਆਂ ਤੋਂ ਨਾਖੁਸ਼ ਸਨ ਸੰਸਦ ਦੇ ਵਿੱਚ ਘੱਟ ਬਹੁਮਤ ਹੋਣ ਦੇ ਬਾਵਜੂਦ ਉਹ ਸੱਜੇ ਪੱਕੀ ਖੱਬੇ ਪੱਕੀ ਅਤੇ ਕੇਂਦਰਵਾਦੀ ਪਾਰਟੀਆਂ ਦੇ ਨਾਲ ਗੱਠ ਜੋੜ ਕਰਕੇ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਰਹੇ ਨੇ ਅਤੇ ਇਸ ਕਰਕੇ ਅੱਗੇ ਦਾ ਉਹਨਾਂ ਦਾ ਰਸੌਖਾ ਨਹੀਂ ਹੋਵੇਗਾ ਬੈਨੇਟ ਫਿਲਸਤੀਨੀ ਆਜ਼ਾਦੀ ਦੇ ਵਿਰੋਧ ਦੇ ਵਿੱਚ ਅਤੇ ਕਬਜ਼ੇ ਵਾਲੇ ਪੱਛਮੀ ਕਿਨਾਰੇ ਅਤੇ ਪੂਰਬੀ ਯਰੂਸ਼ਲਮ ਦੇ ਵਿੱਚ ਯਹੂਦੀ ਬਸਤੀਆਂ ਦੇ ਕਟੜ ਸਮਰਥਕ ਨੇ ਜਿਸ ਨੂੰ ਫਲਸਤੀਨੀ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੇ ਬਹੁਤ ਸਾਰੇ ਦੇਸ਼ ਸ਼ਾਂਤੀ ਪ੍ਰਕਿਰਿਆ ਦੇ ਵਿੱਚ ਇੱਕ ਵੱਡੀ ਰੁਕਾਵਟ ਵਜੋਂ ਵੇਖਦੇ ਨੇ ਬੈਨਟ ਨੇ ਨੇਤਾਨੀਅਹੁਣ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਬਾਮਾ ਦੇ ਦਬਾਅ ਹੇਠ ਬਸਤੀਆਂ ਦੇ ਉਸਾਰੀ ਕਾਰਜ ਨੂੰ ਹੌਲੀ ਕਰਨ ਦੇ ਨੇਤਾਨੀਅਹੁਦੇ ਕਦਮ ਦਾ ਬੈਨਟ ਨੇ ਜ਼ਬਰਦਸਤ ਵਿਰੋਧ ਕੀਤਾ ਸੀ ਹਾਲਾਂਕਿ ਆਪਣੇ ਕਾਰਜਕਾਲ ਦੇ ਵਿੱਚ ਓਬਾਮਾ ਸ਼ਾਂਤੀ ਪ੍ਰਕਿਰਿਆ ਬਹਾਲ ਕਰਨ ਦੇ ਵਿੱਚ ناکਾਮ ਰਹੇ ਨੇ ਇਜ਼ਰਾਈਲੀ ਡੈਮੋਕ੍ਰੇਸੀ ਇੰਸਟੀਚਿਊਟ ਦੇ ਮੁਖੀ ਯੋਹਾਨਨ ਪਲੇਜ਼ਨਰ ਨੇ ਕਿਹਾ ਹੈ ਕਿ ਹੋਸੇਜਪਖੀ ਨੇਤਾ ਨੇ ਸੁਰੱਖਿਆ ਨੂੰ ਲੈ ਕੇ ਸਖਤ ਨੇ ਪਰ ਉਹ ਇੱਕ ਵਿਵਹਾਰਿਕ ਸੋਚ ਰੱਖਣ ਵਾਲੇ ਨੇਤਾ ਨੇ ਪਰਤ ਨਾਲ ਸੰਬੰਧਿਤ ਲਖਨਊ ਤੋਂ ਹੈ ਇਸ ਕਵਰ ਦੇ ਅਨਸਾਰ ਉੱਤਰ ਪ੍ਰਦੇਸ਼ ਦੇ ਵਿੱਚ ਹੁਣ ਜ਼ਮੀਨ ਮਕਾਨ ਫਲੈਟ ਦੁਕਾਨ ਜ਼ਮੀਨੀ ਜਾਇਦਾਦ ਦੀ ਕੀਮਤ ਅਤੇ ਅਜਿਹੀ ਜਾਇਦਾਦ ਦੀ ਖਰੀਦ ਫਰੋਖਤ ਦੇ ਵਿੱਚ ਰਜਿਸਟਰੀ ਕਰਵਾਉਣ ਦੇ ਲਈ ਲੱਗਣ ਵਾਲੇ ਸਟੈਂਪ ਸ਼ੁਲਕ ਨੂੰ ਜ਼ਿਲ੍ਹਾ ਅਧਿਕਾਰੀ ਤੈਅ ਕਰਵਾਉਣਗੇ ਇਸ ਬਾਰੇ ਸੋਮਵਾਰ ਨੂੰ ਕੈਬਨਿਟ ਦੇ ਵਿੱਚ ਸਟੈਂਪ ਅਤੇ ਰਜਿਸਟਰੀ ਵਿਭਾਗ ਵੱਲੋਂ ਲਿਆਂਦੇ ਗੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਪ੍ਰਦੇਸ਼ ਦੇ ਸਟੈਂਪ ਅਤੇ ਰਜਿਸਟਰੀ ਮੰਤਰੀ ਰਵਿੰਦਰ ਜੈਸਵਾਲ ਨੇ ਦੱਸਿਆ ਹੈ ਕਿ ਕੈਬਨਿਟ ਦੇ ਇਸ ਮਹੱਤਵਪੂਰਨ ਫੈਸਲੇ ਤੋਂ ਬਾਅਦ ਹੁਣ ਪ੍ਰਦੇਸ਼ ਦੇ ਵਿੱਚ ਜ਼ਮੀਨੀ ਜਾਇਦਾਦ ਦੀ ਕੀਮਤ ਤੈਅ ਕਰਨ ਅਤੇ ਰਜਿਸਟਰੀ ਕਰਵਾਉਂਦੇ ਸਮੇਂ ਉਸ ਤੇ ਲੱਗਣ ਵਾਲੇ ਸਟੈਂਪ ਸ਼ੁਲਕ ਨੂੰ ਤੈਅ ਕਰਨ ਦੇ ਵਿੱਚ ਵਿਵਾਦ ਨਹੀਂ ਹੋਣਗੇ ਅਤੇ ਇਸ ਮੁੱਦੇ ਤੇ ਹੋਣ ਵਾਲੇ ਮੁਕੱਦਮਿਆਂ ਦੀ ਗਿਣਤੀ ਵੀ ਘਟੇਗੀ ਉਹਨਾਂ ਦੱਸਿਆ ਕਿ ਹੁਣ ਕੋਈ ਵੀ ਵਿਅਕਤੀ ਪ੍ਰਦੇਸ਼ ਦੇ ਵਿੱਚ ਕਿਤੇ ਵੀ ਕੋਈ ਜ਼ਮੀਨ ਮਕਾਨ ਫਲੈਟ ਦੁਕਾਨ ਖਰੀਦਣਾ ਚਾਹੇਗਾ ਤਾਂ ਸਭ ਤੋਂ ਪਹਿਲਾਂ ਉਸ ਨੂੰ ਸਬੰਧਿਤ ਜ਼ਿਲ੍ਹੇ ਦੇ ਜ਼ਿਲ੍ਹਾ ਅਧਿਕਾਰੀ ਨੂੰ ਅਰਜੀ ਦੇਣੀ ਹੋਵੇਗੀ ਅਤੇ ਨਾਲ ਹੀ ਰਜਿਸਟਰੀ ਚਲਾਉਂਦੇ ਜ਼ਰੀਏ ਖਜ਼ਾਨੇ ਦੇ ਵਿੱਚ 100 ਰੁਪਏ ਦਾ ਸ਼ੁਲਕ ਜਮ੍ਹਾਂ ਕਰਵਾਉਣਾ ਹੋਵੇਗਾ। ਉਸ ਤੋਂ ਬਾਅਦ ਡੀਐਮ ਲੇਖਪਾਲ ਤੋਂ ਉਸ ਜ਼ਮੀਨੀ ਜਾਇਦਾਦ ਦੇ ਡੀਐਮ ਸਰਕਲ ਰੇਟ ਦੇ ਹਿਸਾਬ ਦੇ ਨਾਲ ਮੌਜੂਦਾ ਕੀਮਤ ਦਾ ਮੁਲਾਂਕਣ ਕਰਵਾਉਣਗੇ। ਉਸ ਤੋਂ ਬਾਅਦ ਉਸ ਦੀ ਜਾਇਦਾਦ ਦੀ ਰਜਿਸਟਰੀ ਤੇ ਲੱਗਣ ਵਾਲੇ ਸਟੈਂਪ ਸ਼ੁਲਕ ਦਾ ਵੀ ਲਿਖਤੀ ਨਿਰਧਾਰਨ ਹੋਵੇਗਾ। ਸਟੈਂਪ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਜੋ ਵਿਵਸਥਾ ਚੱਲ ਰਹੀ ਸੀ ਉਸ ਦੇ ਵਿੱਚ ਕੋਈ ਵਿਅਕਤੀ ਭੂਮੀ ਭਵਨ ਖਰੀਦਣਾ ਚਾਹੁੰਦਾ ਸੀ ਤਾਂ ਉਸ ਦਾ ਜ਼ਮੀਨੀ ਜਾਇਦਾਦ ਦਾ ਮੁੱਲ ਕਿੰਨਾ ਹੈ ਇਸ ਤੇ ਸ਼ੰਕਾ ਬਣੀ ਰਹਿੰਦੀ ਹੈ ਅਤੇ ਖਰੀਦਦਾਰ ਪ੍ਰਾਪਰਟੀ ਡੀਲਰ ਰਜਿਸਟਰੀ ਕਰਾਉਣ ਵਾਲੇ ਵਕੀਲ ਰਜਿਸਟਰੀ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਕਰਦਾ ਸੀ ਅਤੇ ਉਸ ਵਿੱਚ ਜ਼ੁਬਾਨੀ ਤੌਰ ਤੇ ਉਸ ਭਵਨ ਜਾਂ ਫਿਰ ਭੂਮੀ ਦੀ ਕੀਮਤ طے ਹੋ ਜਾਂਦੀ ਸੀ ਉਸੇ ਆਧਾਰ ਤੇ ਉਸ ਦੀ ਰਜਿਸਟਰੀ ਤੇ ਸਟੈਂਪ ਸ਼ੁਲਕ ਲੱਗਦਾ ਸੀ ਭਾਰਤ ਨਾਲ ਸੰਬੰਧਿਤ ਹੈਦਮਾਬਾਦ ਤੋਂ ਆਈ ਇਸ ਖਬਰ ਦੇ ਅਨੁਸਾਰ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਦੇ ਵਿੱਚ ਸ਼ਾਸਨ ਦਾ ਇੱਕ ਵੱਖਰਾ ਨਵਾਂ ਮਾਡਲ ਦੇਣ ਦਾ ਦਾਅਵਾ ਕਰਦੇ ਹੋਏ ਸੋਮਵਾਰ ਨੂੰ ਰਾਜ ਦੇ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਦੀ ਪਾਰਟੀ ਵੱਲੋਂ ਸਾਰੀਆਂ 182 ਸੀਟਾਂ ਤੇ ਉਮੀਦਵਾਰ ਉਤਾਰਨ ਦੀ ਗੱਲ ਕਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ગૃહ ਮੰਤਰੀ ਅਮਿਤ ਸ਼ਾਹ ਦੇ ਇਸ ਗ੍ਰਹਿ ਰਾਜ ਦੇ ਇੱਕ ਦਿਨਾਂ ਦੌਰੇ ਤੇ ਆਏ ਅਰਵਿੰਦ ਕੇਜਰੀਵਾਲ ਨੇ ਨਵਰੰਗਪੁਰਾ ਦੇ ਵਿੱਚ ਪਾਰਟੀ ਦੇ ਰਾਜ ਹੈੱਡਕੁਆਰਟਰ ਦਾ ਉਦਘਾਟਨ ਵੀ ਕੀਤਾ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਗੁਜਰਾਤ ਦੇ ਵਿੱਚ ਉਹਨਾਂ ਦੀ ਪਾਰਟੀ ਜਿੱਤਣ ਦੇ ਸ਼ਾਸਨ ਦਾ ਇੱਕ ਨਵਾਂ ਮਾਡਲ ਪੇਸ਼ ਕਰੇਗੀ ਗੁਜਰਾਤ ਦਾ ਉਹ ਮਾਡਲ ਦਿੱਲੀ ਦੇ ਮਾਡਲ ਤੋਂ ਵੱਖਰਾ ਹੋਵੇਗਾ ਪਾਰਟੀ ਗੁਜਰਾਤ ਦੇ ਵਿੱਚ ਇੱਥੇ ਦੇ ਲੋਕਲ ਮੁੱਦਿਆਂ ਨੂੰ ਉਠਾਏਗੀ ਅਤੇ ਇਹਨਾਂ ਦੇ 2022 ਯਾਨੀ ਕਿ ਅਗਲੇ ਸਾਲ ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ ਪੰਜਾਬ ਨਾਲ ਸੰਬੰਧਿਤ ਚੰਡੀਗੜ੍ਹ ਤੋਂ ਆਈ ਇਸ ਖਬਰ ਦੇ ਅਨੁਸਾਰ ਸ਼ਹਿਰ ਦੇ ਵਿੱਚ ਤਿੰਨ ਦਿਨਾਂ ਤੋਂ ਰਾਤ ਜਾਂ ਸਵੇਰੇ ਕੁਝ ਘੰਟਿਆਂ ਤੋਂ ਪੈਰ ਹਮੀ ਦੇ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਸ਼ਹਿਰਾਂ ਦੀ 에ਅਰ ਕੁਆਲਿਟੀ ਦੇ ਵਿੱਚ ਵੀ ਸੁਧਾਰ ਹੋਇਆ ਹੈ। ਇਹੀ ਕਾਰਨ ਹੈ ਕਿ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ 에ਅਰ ਕੁਆਲਿਟੀ ਇੰਡੈਕਸ ਫਿਰ ਤਸੱਲੀ ਬਖਸ਼ ਪੱਧਰ ਤੇ ਪਹੁੰਚ ਗਿਆ ਹੈ। ਪਿਛਲੇ 24 ਘੰਟਿਆਂ ਦੇ ਵਿੱਚ ਸ਼ਹਿਰ ਦੇ ਕੁਝ ਇਲਾਕਿਆਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 50 ਤੋਂ 55 ਤੱਕ ਰਿਹਾ ਹੈ। ਰੀਅਲ ਟਾਈਮ ਮੋਨਿਟਰਿੰਗ ਸੈਕਸ਼ਨ ਸੈਕਟਰ 25 ਦੇ ਵਿੱਚ ਇਹ ਕੁਆਲਿਟੀ ਰਿਕਾਰਡ ਕੀਤੀ ਗਈ ਹੈ। ਇਸ ਤੋਂ ਪਹਿਲਾਂ ਯੂਟੂਬਰ ਸੈਸ਼ਨ ਵੱਲੋਂ ਲਗਾਏ ਗਏ ਮਿਨੀ ਲਾਕਡਾਊਨ ਦੇ ਕਾਰਨ 에ਅਰ ਕੁਆਲਿਟੀ ਇੰਡੈਕਸ ਦੇ ਪੰਜਾਬ ਨਾਲ ਸੰਬੰਧਿਤ ਚੰਡੀਗੜ੍ਹ ਤੋਂ ਆਏ ਇਸ ਖਬਰ ਦੇ ਅਨੁਸਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 16 ਜੂਨ ਨੂੰ ਐਸਆਈਟੀ ਅੱਗੇ ਪੇਸ਼ ਨਹੀਂ ਹੋਣਗੇ। ਬਾਦਲ ਨੇ ਐਸਆਈਟੀ ਅੱਗੇ ਨਾ ਪੇਸ਼ ਹੋਣ ਪਿੱਛੇ ਸਿਹਤ ਖਰਾਬ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਐਮਜ਼ ਬਠਿੰਡਾ ਦੇ ਵਿੱਚ ਵੀ ਸਿਹਤ ਦੀ ਜਾਂਚ ਹੋਈ ਹੈ ਅਤੇ ਡਾਕਟਰੀ ਸਲਾਹਤੇ ਉਹ ਐਮਐਲਏ ਫਲੈਟ ਦੇ ਵਿੱਚ ਆਰਾਮ ਕਰ ਰਹੇ ਨੇ। ਉਨ੍ਹਾਂ ਕਿਹਾ ਹੈ ਕਿ ਲਿਖਤੀ ਰੂਪ ਦੇ ਵਿੱਚ ਐਸਆਈਟੀ ਨੂੰ 16 ਜੂਨ ਵਾਲੇ ਦਿਨ ਪੇਸ਼ ਨਹੀਂ ਹੋਣ ਬਾਰੇ ਉਨ੍ਹਾਂ ਵੱਲੋਂ ਅੱਜ ਭੇਜ ਦਿੱਤਾ ਜਾਏਗਾ। ਹਾਲਾਂਕਿ ਜੇਕਰ ਉਨ੍ਹਾਂ ਦੀ ਸਿਹਤ ਠੀਕ ਹੁੰਦੀ ਹੈ ਤਾਂ ਉਸੇ ਦਿਨ ਤੋਂ ਹੀ ਐਸਆਈਟੀ ਦੀ ਜਾਂਚ ਦੇ ਵਿੱਚ ਆਪਣਾ ਪੂ ਦਸਨਯੋਗ ਹੈ ਕਿ ਕੋਟਕਪੂਰਾ ਗੋਲੀकांड ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਗਿੱਛ ਦੇ ਲਈ 16 ਜੂਨ ਨੂੰ ਤਲਬ ਕੀਤਾ ਹੈ। ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਜਾਂਚ ਟੀਮ ਨੇ ਬਾਦਲ ਨੂੰ ਮਹਾਲੀ ਦੇ ਫੇਜ਼ 8 ਦੇ ਵਿੱਚ ਪੁੱਛਗਿੱਛ ਦੇ ਲਈ ਬੁਲਾਇਆ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕੋਟਕਪੂਰਾ ਦੇ ਬਹਿਬਲ ਗੋਲੀकांड ਦੇ ਸਬੰਧ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਦੀ ਅਗਵਾਈ ਹੇਠਲੀ ਟੀਮ ਅੱਗੇ ਪੁੱਛ ਪੜਤਾਲ ਦੇ ਲਈ ਪੇਸ਼ ਹੋ ਚੁੱਕੇ ਨੇ। ਇਸ ਦੇ ਨਾਲ ਹੀ ਸਾਡਾ ਅੱਜ ਦਾ ਖਬਰਾਂ ਦਾ ਬੁਲੇਟਿਨ ਇੱਥੇ ਸਮਾਪਤ ਹੁੰਦਾ ਹੈ। ਹ